ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਅੱਜ ਇੱਕ ਵੱਡਾ ਧਰਨਾ ਲੱਗਿਆ। ਤਸਵੀਰਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ, ਤੁਸੀਂ ਦੇਖ ਸਕਦੇ ਹੋ ਕਿ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਬੈਠੇ ਤੁਹਾਨੂੰ ਦਿਖ ਰਹੇ ਨੇ, ਇਹ ਦਰਅਸਲ ਕੱਚੇ ਮੁਲਾਜ਼ਮ ਨੇ। ਸਰਕਾਰ ਪੱਖੋਂ ਕਿਹਾ ਗਿਆ ਸੀਗਾ ਕਿ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਜਲਦ ਹੀ ਪੱਕਾ ਕਰ ਦਿੱਤਾ ਜਾਊਗਾ, ਪਰ ਇਹ ਲਗਭਗ ਪੰਜਾਬ ਭਰ ਦੇ ਵਿੱਚ 1.5 ਲੱਖ ਤੋਂ ਵੱਧ ਜਿਹੜੇ ਨੇ ਇਹ ਕੱਚੇ ਮੁਲਾਜ਼ਮ ਅੱਜ ਧਰਨਿਆਂ ਤੇ ਬੈਠ ਗਏ ਨੇ, ਤੇ ਇਹਨਾਂ ਨੂੰ ਸਾਫ਼ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਹਰ ਵਾਰ ਮੀਟਿੰਗ ਦਾ ਆਸਵਾਸ਼ਨ ਦਿੱਤਾ ਜਾਂਦਾ ਵੈ, ਪਰ ਮੀਟਿੰਗ ਦੇ ਵਿੱਚ ਮਿਲਿਆ ਨਹੀਂ ਜਾਂਦਾ ਵੈ। ਤਾਂ ਇਸ ਵਾਰ ਵੀ ਉਹਨਾਂ ਨੂੰ ਆਸਵਾਸ਼ਨ ਜ਼ਰੂਰ ਦਿੱਤਾ ਗਿਆ ਵੈ, ਪਰ ਦੂਜੇ ਪਾਸੇ ਕੀ ਮੁੱਖ ਮੰਤਰੀ ਉਹਨਾਂ ਨੂੰ ਮਿਲਦੇ ਨੇ, ਕੀ ਇਸ ਚੀਜ਼ ਦਾ ਕੋਈ ਹੱਲ ਨਿਕਲਦਾ, ਇਹ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਹਾਲ ਦੀ ਫਿਲਹਾਲ ਜਿਹੜੇ 1.5 ਲੱਖ ਦੇ ਕਰੀਬ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਧਰਨੇ ਤੇ ਬੈਠ ਚੁੱਕੇ ਨੇ, ਔਰ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਤਦ ਤੱਕ ਅਸੀਂ ਇਹੋ ਜਿਹੇ ਪ੍ਰਦਰਸ਼ਨ ਕਰਦੇ ਰਵਾਂਗੇ। ਹਾਂਜੀ, ਕੀ ਨਾਮ ਹੈ ਤੁਹਾਡਾ? ਹਾਂਜੀ, ਸੂਬਾ ਆਗੂ ਬਲਿਹਾਰ ਸਿੰਘ, ਠੇਕਾ ਮਲਮ ਸੰਘਰਸ਼ ਮੋਰਚਾ ਪੰਜਾਬ। ਕਿਸ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਔਰ ਕਾਲ ਲਈ? ਦੇਖੋ ਜੀ, ਜਿਹੜੀ ਸਮੇਂ ਦੀ ਸਰਕਾਰ ਆ, ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਆ, ਇਹ ਸਰਕਾਰ ਸਾਡੇ ਨਾਲ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕਰਕੇ ਆਈ ਸੀ ਵੀ ਜਿੰਨੇ ਵੀ ਆਊਟਸੋਰਸਿੰਗ ਲਿਸਟਮੈਂਟ ਜਾਂ ਕਿਸੇ ਵੀ ਪ੍ਰਕਾਰ ਦਾ ਕੱਚਾ ਮੁਲਾਜ਼ਮ ਆ ਉਹਨੂੰ ਅਸੀਂ ਡਿਪਾਰਟਮੈਂਟ 'ਚ ਲੈ ਕੇ ਰੈਗੂਲਰ ਕਰਾਂਗੇ। ਦੂਜਾ ਇਹ ਸੀਗਾ ਕਿ ਪੰਜਾਬ ਨੂੰ ਅਸੀਂ ਧਰਨਾ ਮੁਕਤ ਕਰਾਂਗੇ। ਅੱਜ ਪੰਜਾਬ ਦੇ ਅੰਦਰ ਧਰਨੇ ਵੀ ਲੱਗ ਰਹੇ ਆ, ਜਾਮ ਵੀ ਲੱਗ ਰਹੇ ਆ, ਅਤੇ ਆਊਟਸੋਰਸਿੰਗ ਕੱਚੇ ਮੁਲਾਜ਼ਮ ਵੀ ਲੜ ਰਹੇ ਆ। ਸਾਡੀ ਜਿਹੜੀ ਮੰਗ ਆ ਵੀ ਜਿੰਨੇ ਵੀ ਆਊਟਸੋਰਸਿੰਗ ਲਿਸਟਮੈਂਟ ਕੱਚੇ ਕੰਮ ਇਹਨੂੰ ਡਿਪਾਰਟਮੈਂਟ 'ਚ ਲੈ ਕੇ ਰੈਗੂਲਰ ਕੀਤਾ ਜਾਵੇ। ਪਰ ਪੰਜਾਬ ਦਾ ਮੁੱਖ ਮੰਤਰੀ 18-19 ਵਾਰ ਲਿਖਤੀ ਮੀਟਿੰਗਾਂ ਦੇ ਗਿਆ, ਪਰ ਇੱਕ ਵੀ ਵਾਰ ਮੀਟਿੰਗ ਦੇ ਵਿੱਚ ਨਹੀਂ ਬੈਠੇ ਆ, ਜਿਸ ਦੇ ਰੋਸ ਵਜੋਂ ਅੱਜ ਜਿਹੜਾ ਸਾਨੂੰ ਜਾਮ ਆ ਉਹ ਮਜਬੂਰੀ ਦੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਤੇ ਲਾਉਣਾ ਪਿਆ, ਕਿਉਂਕਿ ਇਹ ਸਰਕਾਰ ਵਾਅਦੇ ਕਰ ਰਹੀ ਹੈ ਪਰ ਉਹਨੂੰ ਕਿਸੇ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸਰ, ਇਹ ਲੱਗਦਾ ਨਹੀਂ ਹੈ ਕਿ ਇਹਨਾਂ ਲੋਕੀ ਵੀ ਪਰੇਸ਼ਾਨ ਹੁੰਦੇ ਨੇ? ਦੇਖੋ ਜੀ, ਲੋਕੀ ਪਰੇਸ਼ਾਨ ਅਸੀਂ ਮੰਨਦੇ ਹਾਂ, ਲੋਕਾਂ ਦੇ ਧਿਆਨ ਨੂੰ ਅਸੀਂ ਸਮਝਦੇ ਹਾਂ, ਇਸੇ ਕਰਕੇ ਅਸੀਂ 1.5 ਮਹੀਨਾ ਪਹਿਲਾਂ ਸਰਕਾਰ ਨੂੰ ਇੱਕ ਪੱਤਰ ਭੇਜਿਆ, ਇੱਕ ਨੋਟਿਸ ਭੇਜਿਆ ਵੀ ਅਸੀਂ ਮਤਲਬ ਲਾਡੋਵਾਲ ਟੋਲ ਪਲਾਜ਼ਾ 'ਤੇ ਜਾਮ ਲਾਵਾਂਗੇ, ਪਰ ਸਰਕਾਰ ਨੇ ਮਤਲਬ ਸਾਡੀ ਗੱਲ ਸੁਣੀ ਨਹੀਂ ਹੈਗੀ, ਸਗੋਂ ਸਾਡੇ 'ਤੇ ਮਤਲਬ ਜਿਹੜੇ ਆ ਤੁਸੀਂ ਦੇਖਿਆ ਪੁਲਿਸ ਪ੍ਰਸ਼ਾਸਨ ਲਿਆ ਕੇ ਖੜਾ ਕੀਤਾ ਜਾਂਦਾ। ਜੇ ਸਰਕਾਰ ਨੂੰ ਸੱਚਮੁੱਚ ਇਹ ਹੋਵੇ ਵੀ ਲੋਕ ਪਰੇਸ਼ਾਨ ਹੋਣਗੇ ਫਿਰ ਸਾਡੀ ਗੱਲ ਸੁਣਨ। ਇਸ ਕਰਕੇ ਜਿਹੜੀ ਇਹ ਲੜਾਈ ਆ, ਇਹ ਲੜਾਈ ਸਾਡੀ ਲੋਕਾਂ ਦੀ ਸਾਂਝੀ ਲੜਾਈ ਆ, ਅਸੀਂ ਸਭਨਾਂ ਲੋਕਾਂ ਦੀ ਲੜਾਈ ਲੜ ਰਹੇ ਹਾਂ, ਕਿਉਂਕਿ ਸਰਕਾਰ ਡਿਪਾਰਟਮੈਂਟ ਵੇਚ ਰਹੀ ਆ, ਡਿਪਾਰਟਮੈਂਟ ਖਤਮ ਕਰ ਰਹੀ ਆ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਗਰੰਟੀ ਨਹੀਂ ਹੈ। ਜਿਹੜਾ ਭਗਵੰਤ ਮਾਨ ਕਹਿੰਦਾ ਮੈਂ ਨੌਕਰੀਆਂ ਦੇ ਦਿੱਤੀਆਂ, ਉਹ 58 ਸਾਲ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਹੈ, ਕੋਈ DAPA ਨਹੀਂ, ਕਿ ਦਿਖਾ ਦਿਓ ਕੁਛ ਹੈਗਾ, ਮਤਲਬ ਸਾਰਾ ਕੁਝ ਵੇਚਿਆ। ਦੇਖੋ ਜੀ, ਲਗਭਗ 4-5-6 ਹਜ਼ਾਰ ਬੰਦਾ ਸੀਗਾ ਅੱਜ ਜਿਹੜਾ ਵੱਡੀ ਗਿਣਤੀ ਦੇ ਵਿੱਚ, ਵੱਡੀ ਤਾਦਾਦ ਦੇ ਵਿੱਚ ਇੱਥੇ ਆਇਆ। ਟੋਟਲ ਮੁਲਾਜ਼ਮ ਕਿੰਨਾ ਵਾ? ਟੋਟਲ ਮਤਲਬ ਹੈਗਾ ਘੱਟੋ ਘੱਟ ਵੀ 1.5 ਲੱਖ ਦੇ ਲਗਭਗ ਮੁਲਾਜ਼ਮ ਹੋਊਗਾ, ਜਿਹੜੇ ਮਤਲਬ ਮੰਗ ਕਰ ਰਹੇ ਆ, ਵੱਖ ਵੱਖ ਆਪਣੀਆਂ ਐਸੋਸੀਏਸ਼ਨਾਂ ਬਣਾ ਕੇ ਲੜ ਰਹੇ ਆ। ਸਰਕਾਰ ਧਰਨਾ, ਸਰਕਾਰ ਦੇ ਅਧਿਕਾਰੀ ਆਏ ਆ, ਅਧਿਕਾਰੀਆਂ ਨੇ ਦੁਬਾਰਾ ਆਸ਼ਵਾਸਨ ਦਵਾਇਆ ਕਿ 20 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਾਵਾਂਗੇ। ਇੱਥੋਂ ਦੇ ਮਤਲਬ ਅਧਿਕਾਰੀ ਜਿਹੜੇ ਆ ਉਹ ਮਹਿਕ 'ਤੇ ਬੋਲ ਕੇ ਗਏ ਆ, EDC ਬੋਲ ਕੇ ਗਏ ਆ, SDM ਸਾਹਿਬ ਬੋਲ ਕੇ ਗਏ ਆ, ਇੱਕ ਹੋਰ ਸੀਗੇ SP ਤੇਜਵੀਰ ਸਿੰਘ, ਉਹ ਬੋਲ ਕੇ ਗਏ। ਇਹ ਮਤਲਬ ਸਰਕਾਰ ਉਠਾਵਾਂਗੇ ਧਰਨਾ, ਮਤਲਬ ਬੁਲਾਰੇ ਇੱਥੋਂ ਬੋਲ ਕੇ ਸਮਾਪਤ ਕਰਾਂਗੇ ਪ੍ਰੋਗਰਾਮ। ਮੇਰਾ ਨਾਮ ਸਿਮਰਨਜੀਤ ਸਿੰਘ ਨੀਲੋ ਆ ਜੀ। ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੋਗੇ, ਜਿਹੜਾ ਸਾਡਾ ਅੱਜ ਦਾ ਧਰਨਾ ਇਹ ਮੁੱਖ ਮੰਤਰੀ ਸਾਹਿਬ ਦੇ ਵਿਰੋਧ 'ਚ ਇਸ ਕਰਕੇ ਲਾਇਆ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਸਾਨੂੰ 18 ਵਾਰ ਮੀਟਿੰਗਾਂ ਦੇ ਕੇ ਜਦੋਂ ਅਸੀਂ ਚੰਡੀਗੜ੍ਹ ਜਾਂਦੇ ਹਾਂ ਉੱਥੋਂ ਮੋੜ ਦਿੱਤਾ ਜਾਂਦਾ ਵੀ ਮੁੱਖ ਮੰਤਰੀ ਸਾਹਿਬ ਬੀਜੀ ਆ, ਪਰ ਮੁੱਖ ਮੰਤਰੀ ਸਾਹਿਬ ਬੀਜੀ ਨਹੀਂ ਹੁੰਦੇ, ਉਹ ਅੰਦਰੇ ਬੈਠੇ ਹੁੰਦੇ ਆ, ਮਤਲਬ ਝੂਠ ਬੋਲਿਆ ਜਾਂਦਾ ਕਿਉਂਕਿ ਉਹਨਾਂ ਦੀ ਦੇਣ ਦੀ ਕੁਛ ਨੀਤ ਨਹੀਂ ਹੈਗੀ ਵਰਕਰਾਂ ਨੂੰ ਉਹ, ਕਿਉਂਕਿ ਵੱਡੇ ਵੱਡੇ ਜਿਹੜੇ ਠੇਕੇਦਾਰ ਆ, ਠੇਕੇਦਾਰੀ ਸਿਸਟਮ ਆ, ਉਹਨਾਂ ਨੇ ਉਹਨਾਂ ਦੇ ਹੱਥ ਪਿੱਛੋਂ ਮਰੋੜ ਕੇ ਰੱਖੇ ਆ, ਕਿਉਂਕਿ ਉਹਨਾਂ ਨਾਲ ਉਹਨਾਂ ਦੀ ਮਿਲੀ ਭੁਗਤ ਆ, ਇਸ ਕਰਕੇ ਉਹ ਸਾਨੂੰ ਪੱਕਾ ਨਹੀਂ ਕਰਨਾ ਚਾਹੁੰਦੇ, ਉਸ ਦੇ ਵਿਰੋਧ ਵਿੱਚ ਜਿਹੜਾ ਸਾਡਾ ਅੱਜ ਦਾ ਰੋਸ ਪ੍ਰਦਰਸ਼ਨ ਉਹ ਚੱਲ ਰਿਹਾ ਹੈ। ਕੋਈ ਮੁਲਾਜ਼ਮ ਵੀ ਤੁਹਾਡੇ ਪੁਲਿਸ ਨੇ ਚੱਕੇ ਨੇ? ਹਾਂਜੀ, ਸਾਡੀਆਂ ਸਵੇਰੇ 2 ਬੱਸਾਂ ਇੱਥੇ ਉੱਤਰ ਦੀ ਸਾਰੇ ਪੁਲਿਸ ਪ੍ਰਸ਼ਾਸਨ ਨੇ ਡੇਲੋ ਥਾਣੇ ਦੇ ਵਿੱਚ ਬੰਦ ਕੀਤੀਆਂ, ਸਾਡੀ ਉਹ ਵੀ ਮੰਗ ਆ ਵੀ ਉਹਨਾਂ ਨੂੰ ਰੈਸਟ ਕੀਤਾ ਜਾਵੇ, ਉਹ ਤੋਂ ਬਾਅਦ ਅਸੀਂ ਇਹ ਸਮਾਪਤੀ ਕਰਾਂਗੇ, ਛੱਡਿਆ ਜਾਵੇ। ਹਾਂਜੀ, ਜਿਹੜੇ ਰੈਸਟ ਕੀਤੇ ਆ। ਠੀਕ ਹੈ, ਤੇ ਆ ਧਰਨਾ ਕਦ ਤੱਕ ਚੱਲਦਾ ਰਹੂਗਾ? ਜਦ ਤੱਕ ਉਹਨਾਂ ਨੂੰ ਛੱਡਿਆ ਨਹੀਂ ਜਾਊਗਾ? ਹਾਂਜੀ, ਜਦ ਤੱਕ ਉਹਨਾਂ ਨੂੰ ਮਤਲਬ ਬਰੀ ਨਹੀਂ ਕੀਤਾ ਜਾਊਗਾ ਉਦੋਂ ਤੱਕ ਇਹ ਧਰਨਾ ਸਾਡਾ ਲਾਗੂ ਚਾਲੂ ਰਹੂਗਾ। ਤੇ ਮੀਟਿੰਗ ਦਾ ਕੋਈ ਆਸ਼ਵਾਸਨ ਮਿਲਿਆ? ਮੀਟਿੰਗ ਦਾ ਉਹਨਾਂ ਨੇ ਸਾਨੂੰ 20 ਤਰੀਕ ਦਾ ਸਮਾਂ ਦਿੱਤਾ ਜੀ, ਜਿਹਦੇ ਵਿੱਚ DC ਸਾਹਿਬ ਵੱਲੋਂ ਇੱਕ ਬੰਦਾ ਜਾਊਗਾ, ਇੱਕ ਬੰਦਾ SSP ਸਾਹਿਬ ਨੇ ਡਿਊਟੀ ਲਾਈ ਆ, SDM ਸਾਹਿਬ ਦੀ ਡਿਊਟੀ ਲਾਈ ਆ, ਉਹ ਨਾਲ ਜਾਣਗੇ। ਜੇਕਰ ਉਹ ਮੀਟਿੰਗ ਨਹੀਂ ਕਰਾਉਂਦੇ ਤਾਂ ਅਸੀਂ ਉਹਨਾਂ ਨੂੰ ਦੱਸ ਦਿੱਤਾ, ਉਦੋਂ ਬਾਅਦ ਜਿਹੜਾ ਬੰਦਾ ਜ਼ਿੰਮੇਵਾਰ ਹੋਊਗਾ ਅਸੀਂ ਉਹਨਾਂ ਦਾ ਘਰ ਘੇਰਾਂਗੇ, ਉਹਨਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਾਂਗੇ ਘਰਾਂ ਦੇ ਬਾਹਰ। ਗੁਰਦਾਸ ਰੋਹਿਤ ਗੌੜ, ਨਿਊਜ਼ 18।